ਫਰੀਦਕੋਟ ਤਲਵੰਡੀ ਰੋਡ ਉੱਤੇ ਬਣਨ ਵਾਲੇ ਰੇਲਵੇ ਓਵਰ ਬ੍ਰਿਜ ਦਾ ਕੰਮ ਪੂਰਾ ਹੋਣ ਤੋਂ ਕੋਸਾਂ ਦੂਰ ਹੈ। ਕਰੀਬ 60 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਇਸ ਪੁਲ ਦਾ ਕੰਮ ਧੀਮੀ ਗਤੀ ਨਾਲ ਚੱਲ ਰਿਹਾ ਹੈ ਅਤੇ ਜਿਸ ਕਾਰਨ ਲੋਕ ਕਾਫੀ ਮੁਸ਼ਕਲ ਨੇ। ਲੋਕ ਇਸ ਪੁਲ ਨੂੰ ਲੈ ਕੇ ਇੰਨੇ ਪਰੇਸ਼ਾਨ ਨੇ ਕਿ ਉਹਨਾਂ ਵੱਲੋਂ ਕਈ ਵਾਰ ਪ੍ਰਦਰਸ਼ਨ ਵੀ ਕੀਤਾ ਜਾ ਚੁੱਕਿਆ ਹੈ ਅਤੇ ਹੁਣ ਨਾਰਾਜ਼ ਹੋਏ ਲੋਕਾਂ ਨੇ ਇੱਕ ਵਾਰ ਫਿਰ ਇਕੱਠੇ ਹੋ ਕੇ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਪ੍ਰਦਰਸ਼ਨ ਵਿੱਚ ਬਿਜਲੀ ਕਰਮਚਾਰੀ ਅਤੇ ਦੁਕਾਨਦਾਰਾਂ ਨੇ ਵੀ ਹਿੱਸਾ ਲਿਆ। ਸਵੇਰ ਸ਼ਾਮ ਦੁਪਹਿਰੇ ਇਸ ਰਸਤੇ ਉੱਤੋਂ ਨਹੀਂ ਟੱਪਣਾ ਪੈਂਦਾ ਤਾਂ ਬਹੁਤ ਧੂੜ ਹੋਣ ਕਰਕੇ, ਪ੍ਰਦੂਸ਼ਣ ਹੋਣ ਕਰਕੇ ਕਈ ਬਿਮਾਰੀਆਂ ਦੇ ਸ਼ਿਕਾਰ ਮੁਲਾਜ਼ਮ ਹੋ ਜਾਂਦੇ ਆ। ਇਸ ਨੂੰ ਜੇਕਰ ਇਸ ਨੂੰ ਜਲਦੀ ਤੋਂ ਜਲਦੀ ਇਹ ਰਸਤੇ ਨੂੰ ਤੈਅ ਕੀਤਾ ਜਾਵੇ, ਬਣਾਇਆ ਜਾਵੇ ਤਾਂ ਇਹਨਾਂ ਬਿਮਾਰੀਆਂ ਤੋਂ ਜਿਹੜੇ ਇਹ ਮੁਲਾਜ਼ਮ ਆ ਜਾਂ ਹੋਰ ਮਜ਼ਦੂਰ ਲੋਕ ਆ ਜਾਂ ਕਿਸਾਨ ਆ ਅਗਲੇ ਪਿੰਡਾਂ ਦੇ, ਉਹ ਇਸ ਦਿੱਕਤ ਤੋਂ ਬਚ ਸਕਦੇ ਆ। ਸਾਡੀ ਇਸ ਇਲਾਕੇ ਵੱਲੋਂ ਔਰ ਮੁਲਾਜ਼ਮ ਜਥੇਬੰਦੀਆਂ ਵੱਲੋਂ, ਸਮੂਹ ਮੁਲਾਜ਼ਮਾਂ ਵੱਲੋਂ, ਕਿਸਾਨਾਂ ਵੱਲੋਂ ਇਸ ਗੱਲ ਦੀ ਜ਼ੋਰਦਾਰ ਮੰਗ ਹੈ ਕਿ ਪੁਲ ਦੇ ਦੋਈ ਪਾਸੀ ਛੇਤੋਂ ਛੇਤੀ ਰਸਤਾ ਬਣਾਇਆ ਜਾਵੇ। ਜਿਵੇਂ ਕਿ ਕੋਟਕਪੁਰੇ ਰੇਲਵੇ ਪੁਲ ਬਣ ਰਿਹਾ, ਉੱਥੇ ਨਾਲ ਸੜਕ ਬਣਾਈ ਗਈ ਆ, ਹੋਰ ਸ਼ਹਿਰਾਂ ਦੇ ਵਿੱਚ ਵੀ ਨਾਲ ਸੜਕਾਂ ਬਣਾਈਆਂ ਗਈਆਂ, ਪਰ ਫਰੀਦਕੋਟ ਦੇ ਵਿੱਚ ਇੱਥੇ ਸੜਕ ਨਹੀਂ ਬਣਾਈ ਜਾ ਰਹੀ ਤਾਂ ਲੋਕਾਂ ਨੂੰ ਬਹੁਤ ਜ਼ਿਆਦਾ। ਜੇਕਰ ਸਪੀਡ ਨਹੀਂ ਹੁੰਦੀ ਕੋਈ ਇਸ ਨੇ ਤਾਂ ਤੁਸੀਂ ਕੀ ਕਰੋਗੇ? ਜੇਕਰ ਸਾਡੀ ਇਹ ਛੇਤੋਂ ਛੇਤੀ ਮੰਗ ਨਾ ਪੂਰੀ ਕੀਤੀ ਗਈ ਤਾਂ ਆਉਣ ਵਾਲੀ 5 ਤਰੀਕ ਜਾਂ 6 ਤਰੀਕ ਨੂੰ ਅਸੀਂ ਬਹੁਤ ਵੱਡੇ ਲੋਕਾਂ ਦਾ ਸਮੂਹ ਇਕੱਠ ਲੈ ਕੇ ਅਸੀਂ ਬਾਹਰ ਹਾਈਵੇ ਨੂੰ ਜਾਮ ਕਰਨ ਦਾ ਮਤਲਬ ਕਿ ਕਰਾਂਗੇ ਅਤੇ ਸਾਡੀ ਇਹ ਮੰਗ ਹੈ ਕਿ ਇਸ ਨੂੰ ਛੇਤੀ ਛੇਤੀ ਪੂਰਾ ਕੀਤਾ ਜਾਵੇ। ਜਿਹੜਾ ਤਲਵੰਡੀ ਰੋਡ 'ਤੇ ਓਵਰ ਬ੍ਰਿਜ ਬਣ ਰਿਹਾ ਉਹਦੇ ਇਹਨਾਂ ਨੇ ਜਿਹੜਾ ਡਿਜ਼ਾਈਨ ਪਾਸ ਕਰਾਇਆ ਉਹਦੇ 'ਚ ਥੋੜ੍ਹੀ ਜਿਹੀ ਫਾਲਟ ਹੈ। ਕੁਛ ਹੱਦ ਤੱਕ ਤਾਂ ਉਹਨੂੰ ਅਸੀਂ ਠੀਕ ਕਰ ਸਕਦੇ ਪਰ ਅਸੀਂ ਸਾਰਾ ਨਹੀਂ ਚੇਂਜ ਕਰ ਸਕਦੇ ਕਿਉਂਕਿ ਜਿਹੜਾ ਡਿਜ਼ਾਈਨ 'ਚ ਹੀ ਫਾਲਟ ਹੋਵੇ ਜਿਹੜਾ ਓਵਰਬ੍ਰਿਜ ਪਾਸ ਹੋਇਆ ਅਸੀਂ ਉਹ ਕੁਛ ਚੇਂਜਸ ਤਾਂ ਲਿਆ ਸਕਦੇ ਹਾਂ। ਸੋ ਬਹੁਤ ਜਲਦ ਮੈਂ PWD ਮਿਨਿਸਟਰ ਦਾ ਦੌਰਾ ਰਖਾ ਰਿਹਾ ਸਿੰਗਲਾ ਸਾਹਿਬ ਦਾ ਅਤੇ ਦੌਰਾ ਰਖਾ ਕੇ ਸਾਰੇ ਅਫਸਰ ਬੁਲਾ ਕੇ ਡਿਸਕਸ ਕਰਾਂਗੇ ਅਤੇ ਜਿਹੜੀਆਂ ਚੇਂਜਸ ਮੈਕਸੀਮਮ ਹੋ ਸਕੀਆਂ ਉਹ ਕਰਾਂਗੇ ਤਾਂ ਕਿ ਲੋਕਾਂ ਨੂੰ ਸੁੱਖ ਹੋ ਸਕੇ।